64ਵੀਆਂ ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ। 64ਵੀਆਂ ਪੰਜਾਬ ਸਕੂਲ ਖੇਡਾਂ ਹਾਕੀ ਅੰਡਰ 14 ਸਾਲ ਲੜਕੀਆਂ ਜ਼ਿਲ੍ਹਾ ਮੋਗਾ ਵਿੱਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ। ਡਾਕਟਰ ਹਰਜੋਤ ਕਮਲ MLA ਮੋਗਾ ਦੇ ਵੱਲੋਂ ਇਸ ਖੇਡ ਦਾ ਉਦਘਾਟਨ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਅਤੇ ਵਿੰਗਾਂ ਦੀਆਂ 18 ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਮਾਰਚ ਪਾਸਟ ਕਰਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਅਤੇ ਖੇਡ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਵਧੀਆ ਖੇਡ ਖੇਡਣ ਦੀ ਸਹੁੰ ਚੁੱਕੀ। ਡਾਕਟਰ ਹਰਜੋਤ ਕੌਰ ਵੱਲੋਂ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਸੰਦੇਸ਼ ਦਿੱਤਾ ਅਤੇ ਉਹਨਾਂ ਨੇ ਲੜਕੀਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਭਰੂਣ ਹੱਤਿਆ ਦੀ ਨਿੰਦਾ ਕੀਤੀ ਅਤੇ 64ਵੀਆਂ ਪੰਜਾਬ ਸਕੂਲ ਖੇਡ ਹਾਕੀ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ। ਇਸ ਮੌਕੇ ਡਾਕਟਰ ਹਰਜੋਤ ਕਮਲ ਹਲਕਾ ਵਿਧਾਇਕ ਨੇ ਕਿਹਾ ਪੰਜਾਬ ਸਰਕਾਰ ਖੇਡਾਂ ਦੇ ਮੁਕਾਮ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਲਈ ਰੱਖੇ ਜਾਂਦੇ ਫੰਡਾਂ ਵਿੱਚ 2 ਗੁਣਾ ਵਾਧਾ ਕੀਤਾ ਗਿਆ। ਉਹਨਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਸੁਥਰੀ ਖੇਡ ਖੇਡਣ ਨੂੰ ਤਰਜੀਹ ਦੇਣ। ਉਹਨਾਂ ਕਿਹਾ ਕਿ ਚੰਗੇ ਖਿਡਾਰੀ ਹਮੇਸ਼ਾ ਭਵਿੱਖ ਵਿੱਚ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦੇ ਹਨ। ਇਸ ਮੌਕੇ ਸਹਾਇਕ ਸਿੱਖਿਆ ਅਫਸਰ ਇੰਦਰਪਾਲ ਸਿੰਘ ਢਿੱਲੋਂ ਨੇ ਟੀਮਾਂ ਅਤੇ ਕੋਚਾਂ ਨੂੰ ਅਨੁਸ਼ਾਸਨ ਅਤੇ ਨਿਯਮਾਂ ਅਨੁਸਾਰ ਖੇਡ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪੰਜਾਬ ਗਲੋਬਲੀ ਮੋਗਾ ਤੋਂ ਅਮਰਜੀਤ ਬਬਲੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਮੋਗੇ ਮੈਨੂੰ ਆਹ ਗਰਾਊਂਡ ਜਾਣ ਕੇ ਬਹੁਤ ਚੰਗਾ ਲੱਗਿਆ ਕਿ ਇਹ ਬੱਚੇ ਇੱਥੇ ਬਹੁਤ ਵਧੀਆ ਖੇਡਦੇ ਹਨ ਅਤੇ ਅਸੀਂ ਛੋਟੀ ਉਮਰ ਦੇ ਵਿੱਚ ਗੇਮ ਦਾ ਧਿਆਨ ਰੱਖਣਾ ਰੱਖਿਆ ਸੀਗਾ। ਇਸ ਜ਼ਿਲ੍ਹੇ ਵਿੱਚ ਬਹੁਤ ਸਾਰੇ ਟੀਮਸ ਮੇਟ ਆਏ ਹਨ ਅਤੇ ਬੱਚੇ ਬਹੁਤ ਚੰਗਾ ਖੇਡਦੇ ਹਨ। ਇਹ ਹਾਕੀ ਸਾਡੀ ਰਾਸ਼ਟਰੀ ਗੇਮ ਹੈ। ਅਸੀਂ ਇਹ ਉਮੀਦ ਕਰਦੇ ਕਿ ਹਾਕੀ ਬਹੁਤ 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 ਉੱਪਰ ਜਾਵੇ। ਇਹ ਅਸੀਂ ਕਹਿੰਦੇ ਹਾਂ ਕਿ ਹਾਕੀ ਬਹੁਤ ਉੱਪਰ ਜਾਵੇ। ਇਹ ਸਾਡੀ ਰਾਸ਼ਟਰੀ ਗੇਮ ਹੈ। ਮੈਨੂੰ ਇਸ ਗਰਾਊਂਡ ਆਉਣ ਕੇ ਬਹੁਤ ਵਧੀਆ ਲੱਗਾ। ਇੱਥੇ ਵੱਖਰੀਆਂ ਵੱਖਰੀਆਂ ਟੀਮਾਂ ਆਈਆਂ ਹਨ। 18 ਜ਼ਿਲ੍ਹਿਆਂ ਤੋਂ ਟੀਮਾਂ ਆਈਆਂ ਹਨ। ਇੱਥੇ ਬਹੁਤ ਵਧੀਆ ਖੇਡਿਆ ਜਾ ਰਿਹਾ ਹੈ। ਬਹੁਤ ਵਧੀਆ ਜਗ੍ਹਾ ਹੈ। ਬਹੁਤ ਵਧੀਆ ਇਹਨਾਂ ਨੇ ਸਾਰਾ ਕੁਛ ਕੀਤਾ ਹੋਇਆ ਹੈ। ਸਾਰਾ ਦਿੱਤਾ ਹੋਇਆ ਹਨ ਸਮਾਨ ਜੋ ਵੀ ਚਾਹੀਦਾ ਹੈ। ਹੋਰ ਵੀ ਬਹੁਤ ਵਧੀਆ ਚੀਜ਼ਾਂ ਹਨ। ਹਾਕੀ ਸਾਡੀ ਹਰਮਨ ਪਿਆਰੀ ਖੇਡ ਹੈ। ਹਾਕੀ ਖੇਡ ਕੇ ਅਸੀਂ ਬਹੁਤ ਅੱਗੇ ਵਧਾਂਗੇ। ਹੋਰ ਵੀ ਓਲੰਪਿਕ ਪਲੇਅਰ ਪੰਜਾਬ ਦੇ ਹਨ। ਬਹੁਤ ਇੰਟਰਨੈਸ਼ਨਲ ਪਲੇਅਰ ਹਨ। ਇਸ ਕਰਕੇ ਸਾਰੇ ਜਿੰਨੇ ਇੱਥੇ ਆਏ ਉਹ ਵੀ ਬਣਨਗੇ। ਹਾਕੀ ਸਾਡੇ ਲਈ ਦੇਸ਼ ਲਈ ਅਗਲਾ ਭਵਿੱਖ ਹੈ। ਹੁਣ ਅਸੀਂ ਦੇਸ਼ ਦਾ ਅਗਲਾ ਭਵਿੱਖ ਹਨ। ਧੰਨਵਾਦ। ਇਹ ਪੰਜਾਬ ਸਿੱਖਿਆ ਵਿਭਾਗ ਵੱਲੋਂ ਹੋ ਰਹੀਆਂ ਜੀ 64ਵੀਆਂ ਪੰਜਾਬ ਸਕੂਲ ਖੇਡਾਂ ਹਾਕੀ ਅੰਡਰ 14 ਲੜਕੇ ਲੜਕੀਆਂ। ਇੱਥੇ ਖਾਲਸਾ ਸਕੂਲ ਦੇ ਵਿੱਚ ਲੜਕੀਆਂ ਦੇ ਮੈਚ ਹੋ ਰਹੇ ਆ ਅਤੇ ਪਠਾਨਵਾਦ ਵਿਖੇ ਲੜਕਿਆਂ ਦੇ ਮੈਚ ਹੋ ਰਹੇ ਆ। ਇੱਥੇ 19 ਟੀਮਾਂ ਭਾਗ ਲੈ ਰਹੀਆਂ ਜੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਅਤੇ ਲੜਕਿਆਂ ਦੇ ਵਿੱਚ 26 ਟੀਮਾਂ ਭਾਗ ਲੈ ਰਹੀਆਂ। ਕੀ ਮਨੋਰਥ ਕੀ ਹੈ ਜੀ ਇਹਨਾਂ ਗੇਮਾਂ ਨੂੰ ਕਰਾਉਣ ਦਾ? ਇਹਨਾਂ ਦਾ ਮਨੋਰਥ ਬੱਚਿਆਂ ਨੂੰ ਹੇਠਲੇ ਲੈਵਲ ਤੋਂ ਤਿਆਰ ਕਰਕੇ ਖੇਡਾਂ ਨਾਲ ਜੋੜਨਾ ਤਾਂ ਜੋ ਜਿਹੜੇ ਚੰਗੇ ਇਨਸਾਨ ਚੰਗੇ ਸ਼ਹਿਰੀ ਬਣ ਸਕਣ ਅਤੇ ਇਹ ਖਿਡਾਰੀ ਨਸ਼ਿਆਂ ਤੋਂ ਦੂਰ ਰਹਿਣ। ਇਹ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ। ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਆ ਇਹਨਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਦੀ। ਇਹਨਾਂ ਖੇਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕਿ ਸਾਰੇ ਖਿਡਾਰੀਆਂ ਨੂੰ ਵਧੀਆ ਰਿਹਾਇਸ਼, ਉਹਨਾਂ ਨੂੰ ਵਧੀਆ ਖਾਣਾ ਅਤੇ ਵਧੀਆ ਗਰਾਊਂਡ ਮੁਹੱਈਆ ਕਰਵਾਏ ਜਾਣ। ਪੰਜਾਬ ਦੀਆਂ ਇਹ ਜਿਹੜੀਆਂ 64ਵੀਆਂ ਖੇਡਾਂ ਹੋਈਆਂ ਨੇ ਹਾਕੀ ਦੀਆਂ, ਸਪੈਸ਼ਲੀ ਅੰਡਰ 14 ਗਰਲਸ ਮੌਕੇ ਦੇ ਵਿੱਚ, ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ, ਸ਼ੁਭਕਾਮਨਾਵਾਂ ਦਿੰਦਾ। ਔਰ ਮੈਂ ਇੱਕੋ ਹੀ ਗੱਲ ਜਾਣਦਾ ਕਿ ਆਮ ਤੌਰ 'ਤੇ ਕਿਹਾ ਜਾਂਦਾ ਸੀਗਾ ਕਿ ਖੇਡ ਮੰਤਰੀ ਜਿਹੜਾ ਆ ਉਹ ਕੋਈ ਆਮ ਜਿਹਾ ਚਿਹਰਾ ਹੁੰਦਾ ਸੀ, ਪਰ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਆ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਸਭ ਤੋਂ ਨਜ਼ਦੀਕੀ ਰਾਣਾ ਗੁਰਮੀਤ ਸਿੰਘ ਸੋਢੀ ਸਾਡੇ ਸਤਿਕਾਰਯੋਗ ਕੈਬਨਿਟ ਮਿਨਿਸਟਰ, ਉਹਨਾਂ ਨੂੰ ਖੇਡਾਂ ਦਾ ਮਹਿਕਮਾ ਦਿੱਤਾ ਗਿਆ ਔਰ ਕੈਪਟਨ ਸਾਹਿਬ ਆਪ ਇਸ ਵਿੱਚੋਂ ਦੀ ਲੰਘੇ ਨੇ।
ਔਰ ਸਾਡੇ ਰਾਣਾ ਸੋਢੀ ਜੀ ਆਪ ਕਾਮਨਵੈਲਥ ਗੇਮਸ ਏਸ਼ੀਅਨ ਗੇਮਸ ਪਾਰਟੀਸਪੇਟ ਕੀਤਾ ਹੋਇਆ ਉਹਨਾਂ ਨੇ। ਸੋ ਮੈਨੂੰ ਬੜੀ ਆਸ ਹੈ, ਜਿੱਦਾਂ ਉਹ ਮੈਨੂੰ ਦੱਸ ਰਿਹਾ ਸੀ ਪਿਛਲੇ ਦਿਨਾਂ 'ਚ, ਪੰਜਾਬ ਦੀ ਖੇਡ ਪੋਲਿਸੀ 4 ਗੁਣਾ ਜਿਹੜੀ ਆ ਖੇਡਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੂੰ ਵੱਧ ਇਨਾਮ ਦੇਣ ਲਈ ਔਰ ਵੱਡੇ ਸਨਮਾਨਾਂ ਨਾਲ ਇਹਨਾਂ ਨੂੰ ਨਿਵਾਜਣ ਵਾਸਤੇ ਬਣਾਈ ਜਾ ਰਹੀ ਹੈ। ਖੇਡ ਸਹੂਲਤਾਂ ਇੰਨੀਆਂ ਜ਼ਿਆਦਾ ਵਧੀਆ ਦੇ ਰਹੇ ਨੇ ਕਿ ਆਉਣ ਵਾਲੀਆਂ ਜਿਹੜੀਆਂ 20 ਦੀਆਂ ਓਲੰਪਿਕ ਗੇਮਾਂ, ਮੈਂ ਸਮਝਦਾ ਕਿ ਏਸ਼ੀਅਨ ਗੇਮਾਂ ਨਾਲੋਂ ਵੀ ਜ਼ਿਆਦਾ ਮੈਡਲ ਉਹਦੇ ਵਿੱਚ ਸਾਡੇ ਖਿਡਾਰੀ ਲੈ ਕੇ ਆਉਣਗੇ। ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਇਹ ਗੇਮਾਂ ਮੋਗੇ ਦੇ ਵਿੱਚ ਅੱਜ 24 ਹਾਕੀ ਦੀਆਂ ਸ਼ੁਰੂ ਹੋਈਆਂ।